ਇਹ ਕਨੇਡਾ ਦੀ ਗੱਲ ਹੈ ਜੀ। ਕਨੇਡਾ ਗਿਆ ਸੀ ਬੇਟਾ, ਹੁਣੇ ਮੈਰਿਜ ਕੀਤੀ ਆਪਾਂ ਨੇ, ਅਤੇ ਮੈਰਿਜ ਤੋਂ ਬਾਅਦ ਹੁਣੇ ਮੈਰਿਜ ਨੂੰ 3 ਮਹੀਨੇ ਹੋਏ ਜੀ ਅਜੇ, ਅਤੇ ਹੁਣ ਹੀ ਹਾਲ ਹੀ ਕਿੰਨੀ ਤਰੀਕ ਨੂੰ, 28 ਤਰੀਕ ਨੂੰ, ਪਿਛਲੀ 28 ਤਰੀਕ ਨੂੰ ਉਹਦੀ ਫਲੈਟ ਸੀਗੀ। ਅੰਕਲ ਦਾ ਹੀ ਫੋਨ ਆਇਆ ਉਹਨਾਂ ਦਾ, ਬਜ਼ੁਰਗਾਂ ਦਾ, ਉਹ ਕਹਿੰਦੇ ਵੀ ਇਸ ਤਰ੍ਹਾਂ ਸੀ, ਕੱਲ੍ਹ ਉੱਥੇ ਕੈਨੇਡਾ ਡੇ ਸੀਗਾ, ਅਤੇ ਕੱਲ੍ਹ ਅਸੀਂ ਕੈਨੇਡਾ ਡੇ ਉੱਥੇ ਗਏ ਸੀਗੇ, ਅਤੇ ਸਾਰੇ ਬੀਚ ਦੇ ਉੱਪਰ, ਅਤੇ ਉੱਥੇ ਘੁੰਮ ਵੀ ਇਹ ਬੱਚਾ ਨਾਲ ਸੀ ਸਾਡੇ, ਅਤੇ ਘੁੰਮਦੇ ਰਹੇ ਅਸੀਂ, ਉਹ ਅੰਦਰੋਂ ਕਿਤੇ ਕਹਿੰਦੇ ਪਾਣੀ 'ਚ ਡੂੰਘੇ ਚਲਾ ਗਿਆ ਅਤੇ ਉੱਥੇ ਡੈਥ ਹੋ ਗਈ। ਹੁਣ ਅਜੇ ਤਾਂ ਜੀ ਉਹਨਾਂ ਦਾ ਪਤਾ ਹੀ ਨਹੀਂ ਸਾਨੂੰ, ਕੈਨੇਡਾ ਦਾ ਹੈ ਕੀ ਰੂਲ, ਕੀ ਨੇ ਕੀ ਨਹੀਂ ਆ। ਹੁਣ ਅਸੀਂ ਆਪਣੇ ਵੱਲੋਂ ਤਾਂ ਦੇਖਦੇ ਹਾਂ ਵੀ ਕਿੱਦਾਂ ਕਰੀਏ, ਕਿਸ ਤਰ੍ਹਾਂ ਸਾਨੂੰ ਲਿਆਉਣਾ ਪਏਗਾ ਉਹਨੂੰ, ਅਤੇ ਲਿਆਉਣਾ ਤਾਂ ਹੈ। ਫੈਮਿਲੀ ਮੈਂਬਰ ਮਦਰ ਹੈ ਜੀ, ਮਦਰ ਹੈ, ਇੱਕ ਬ੍ਰਦਰ ਹੈ, ਇੱਕ ਸਿਸਟਰ ਹੈ। ਹਾਂਜੀ, ਮੈਂ ਤਾਇਆ ਜੀ ਲੱਗਦਾ ਜੀ। ਦੇਖੋ ਜੀ ਅਜੇ ਤਾਂ ਕੋਈ ਸਮਝ ਨਹੀਂ ਆ ਰਹੀ ਜੀ, ਕੁਛ ਵੀ ਸਮਝ ਨਹੀਂ ਆ ਰਹੀ ਸਾਨੂੰ ਤਾਂ। ਹਾਂ, ਜਾਂਚ ਤਾਂ ਹੋਣੀ, ਘੱਟੋ ਘੱਟ ਜਾਂਚ ਤਾਂ ਹੋਣੀ ਚਾਹੀਦੀ ਹੈ ਨਾ ਜੀ। ਦੇਖੋ ਜੇ ਬੱਚਾ ਹੁਣ ਗਿਆ ਜੀ, ਉਹਦੀ ਜਾਂਚ ਤਾਂ ਬਹੁਤ ਜ਼ਰੂਰੀ ਹੈ, ਹੋਰ ਵੀ ਕਾਫੀ ਲੋਕ ਉੱਥੇ, ਹੋਰ ਵੀ ਕਾਫੀ ਲੋਕ ਸੀ। ਕਿ ਨੌਜਵਾਨ ਬੱਚਾ ਜਿਹੜਾ ਹੁਣੇ ਹੁਣੇ ਸ਼ਾਦੀ ਕਰਾ ਕੇ ਵਾਪਸ ਗਿਆ ਸੀ, ਉਹਨੇ ਜਾ ਕੇ ਬੜੇ ਆਪਣੇ ਸੁਪਨੇ ਸਿਰਜੇ ਸੀ, ਜਿਹਨਾਂ ਨੂੰ ਪੂਰਾ ਕਰਨ ਲਈ ਗਿਆ। ਉਹ ਹਲੇ 1 ਮਹੀਨਾ ਹੋਇਆ ਉਹਨੂੰ ਇੱਥੋਂ ਵਾਪਸ ਗਏ ਨੂੰ, ਅਤੇ ਉਹ ਕੈਨੇਡਾ ਡੇ ਦੇ ਜਸ਼ਨ ਮਨਾਉਂਦੇ ਹੋਏ ਸਾਰੇ ਪਰਿਵਾਰ ਉੱਥੇ ਹੋਰ ਗਏ ਸੀ, ਅਤੇ ਇਹ ਬੀਚ ਕਿਤੇ ਅੰਦਰ ਚਲਾ ਗਿਆ, ਉੱਥੇ ਇਹਦੇ ਨਾਲ ਘਟਨਾ ਵਾਪਰ ਗਈ। ਹਲੇ ਅਸਲੀਅਤ ਸਾਨੂੰ ਪੂਰਾ ਪਤਾ ਨਹੀਂ ਲੱਗਿਆ ਕੀ ਹੋਈ ਹੈ, ਅਤੇ ਉੱਥੋਂ ਫੋਨ ਆਇਆ ਕਿ ਉਸਦੀ ਡੈਥ ਹੋ ਗਈ ਹੈ, ਪਰ ਅਸੀਂ ਚਾਹੁੰਦੇ ਵੀ ਇਹਦੇ ਪੂਰੀ ਉੱਥੇ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਕਿਵੇਂ ਇਹ ਘਟਨਾ ਵਾਪਰੀ। ਹੋਰ ਵੀ ਉੱਥੇ ਬੱਚੇ ਗਏ ਸੀ, ਇਹ ਨਹੀਂ ਕੋਈ ਸਮੁੰਦਰ ਛਲ ਨਾਲ ਲੈ ਗਈ, ਇਹ ਉੱਥੇ ਗਿਆ ਅਤੇ ਪਾਣੀ ਦੀ ਝੀਲ ਦੇ ਵਿੱਚ ਗਿਆ, ਅਤੇ ਨਹਾਉਂਦੇ ਹੋਏ ਨਾਲ ਐਡੀ ਵੱਡੀ ਘਟਨਾ ਵਾਪਰਨੀ ਬੜੀ ਅਸੰਭਵ ਜਿਹੀ ਗੱਲ ਹੁੰਦੀ ਹੈ, ਕਿਉਂਕਿ ਜਾਂ ਤਾਂ ਹੋਵੇ ਸਮੁੰਦਰ ਦੀ ਛਲ ਕੋਈ ਨਾਲ ਲੱਗੀ, ਪਤਾ ਨਾ ਲੱਗੇ ਉੱਥੇ ਨਾਲ ਹੋਰ ਲੋਕ ਜਿਨ੍ਹਾਂ ਨੇ ਤੁਰੰਤ ਉਹਨੂੰ ਉੱਥੇ ਬਾਹਰ ਕੱਢ ਲਿਆ, ਅਤੇ ਅਸੀਂ ਇਹੀ ਚਾਹੁੰਦੇ ਹਾਂ ਅਤੇ ਪੂਰਾ ਜਾਂਚ ਹੋ ਕੇ ਪਤਾ ਲੱਗਣਾ ਚਾਹੀਦਾ ਕਿਵੇਂ ਡੈਥ ਹੋਈ ਬੰਦੇ ਦੀ, ਅਸਲੀਅਤ ਕੀ ਹੈ ਜੀ।